ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਗੁੱਜਾ ਪੀਰ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ 'ਤੇ ਤੁਹਾਨੂੰ ਇੱਕ ਆ ਗੱਬਨ ਜਰਸੀ ਵੈਡ ਤੁਹਾਨੂੰ ਦਿਖਾਉਣੀ ਹੈ, ਇੱਕ ਆ ਤਾਜ਼ੀ ਸੂਈ ਗਾਂ ਦਿਖਾਉਣੀ ਅਤੇ ਇੱਕ ਆ ਤੋਕੜ ਗੱਬਨ ਮੱਝ ਤੁਹਾਨੂੰ ਦਿਖਾਵਾਂਗੇ। ਆ ਹੁਣ ਗੱਲਬਾਤ ਆਪਾਂ ਵੀਰ ਜੀ ਹੁਣਾਂ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਉਸ ਨਾਲ ਠੀਕ ਠਾਕ? ਵਧੀਆ ਵਧੀਆ, ਤੁਸੀਂ ਦੱਸੋ? ਬਹੁਤ ਵਧੀਆ ਵੀਰ ਜੀ। ਹੋਰ ਵਧੀਆ ਚੱਲੀ ਜਾਂਦਾ ਕੰਮ ਕਾਰ? ਹਾਂਜੀ ਹਾਂਜੀ, ਬਹੁਤ ਵਧੀਆ ਵੀਰ ਜੀ। ਵਧੀਆ ਹੀ ਚਾਹੀਦਾ। ਨਾਮ ਦੱਸ ਦਿਓ ਕਰੀ ਆਪਣਾ। ਨਾਮ ਵੀਰ ਜੀ ਮੇਰਾ ਬਗੀਚਾ ਸਿੰਘ। ਹਾਂਜੀ। ਅਤੇ ਪਿੰਡ ਆਪਣਾ ਵੀਰ ਜੀ ਗੁੱਜਾ ਪੀਰ ਜੀ। ਅੱਛਾ। ਅਤੇ ਹਾਂਜੀ, ਅਤੇ ਜ਼ਿਲ੍ਹਾ ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ, ਠੀਕ। ਤਹਿਸੀਲ ਅਜਨਾਲਾ, ਹੈ ਨਾ? ਅਜਨਾਲਾ ਕਿੰਨਾ ਪੈ ਜਾਂਦਾ ਜੀ? ਅਜਨਾਲਾ ਵੀਰ ਜੀ ਇੱਥੇ 2 ਕਿਲੋਮੀਟਰ ਜੀ। 2 ਕਿਲੋਮੀਟਰ, ਠੀਕ ਹੈ। ਅਤੇ ਅੱਜ ਫਿਰ 3 ਪਸ਼ੂ ਪਕਾਓ ਫਿਰ? ਹਾਂਜੀ ਵੀਰ ਜੀ, 3 ਪਸ਼ੂ ਜੀ। ਠੀਕ ਹੈ। ਹਾਂਜੀ, ਤੇ ਚਲੋ ਫਿਰ ਸ਼ੁਰੂਆਤ ਆਪਾਂ ਮੱਝ ਤੋਂ ਕਰੀਏ ਫਿਰ। ਹਾਂਜੀ ਵੀਰ ਜੀ। ਇਹ ਵੀਰ ਜੀ ਤੋਕੜ ਗੱਬਣ ਆ? ਹਾਂਜੀ ਵੀਰ ਜੀ, ਇਹ 2 ਮਹੀਨੇ ਗੱਬਣ ਜੀ। ਚੈੱਕ ਪਾਸ ਆ? ਹਾਂਜੀ ਚੈੱਕ ਪਾਸ ਆ। ਅੱਛਾ। ਹਾਂਜੀ, ਚੈੱਕ ਕਰਾਈਏ ਆਪ ਹੀ? ਹਾਂਜੀ ਆਪ ਕਰਾਈਏ ਚੈੱਕ। ਠੀਕ ਹੈ। ਹਾਂਜੀ, ਤੇ ਦੁੱਧ ਕਿੰਨਾ ਜੀ ਇਹਦੇ ਕੋਲ? ਦੁੱਧ ਵੀਰ ਜੀ ਇਹਦੇ ਕੋਲ ਜਿਹੜਾ ਪੱਕਾ 7 ਲੀਟਰ ਆ। ਅੱਛਾ, ਤੇ ਆਪਾਂ 6 ਦੀ ਗਰੰਟੀ ਦੇਵਾਂਗੇ। ਅੱਛਾ, 6-7 ਲੀਟਰ ਦੁੱਧ ਜਿਹੜਾ ਪੱਕਾ ਹੈਗਾ ਵਾ? ਹਾਂਜੀ ਵੀਰ ਜੀ, ਪੱਕਾ। ਠੀਕ, ਸੂਆ ਕਿੰਨਵਾਂ ਜੇ ਹੁਣ ਇਹਦਾ? ਸੂਆ ਵੀਰ ਜੀ ਦੂਜਾ ਜੀ, ਹੁਣ ਗਾਂ ਤੀਸਰਾ ਸੁਣਾ। ਹਾਂਜੀ ਆਪ ਗਾਂ ਤੀਜੇ ਸੁਣੀ ਜੀ। ਠੀਕ ਹੈ। ਹਾਂਜੀ, ਤੇ ਖੋਲੀਏ ਫਿਰ ਤੋਰੀਏ ਕਰੀ? ਹਾਂਜੀ ਵੀਰ ਜੀ, ਪੱਕਾ ਜੀ। ਤੇ ਮਿਲਦੀ ਮੁਲਦੀ ਕਿੱਦਾਂ ਜੀ ਵੀਰ ਜੀ? ਮਿਲਦੀ ਵੀਰ ਜੀ ਇੱਦਾਂ ਪਹਾੜੇ ਤੇ ਜੀ। ਅੱਛਾ, ਪਹਾੜੇ ਤੇ ਮਿਲਦੀ ਹੈ? ਹਾਂਜੀ ਹਾਂਜੀ। ਠੀਕ, ਤੋਰ ਕੇ ਦਿਖਾ ਦਿਓ ਫਿਰ ਇੱਕ ਵਾਰੀ। ਹਾਂ ਦੇ ਸਕਦੇ ਜੀ, ਤੋਰ ਕੇ ਕਰੀ ਤੁਹਾਨੂੰ ਦਿਖਾ ਦਈਏ, ਬਾਕੀ ਸਾਂਭੀ ਵੀਰ ਨੇ ਚੰਗੀ ਹੈ। ਠੀਕ ਹੈ ਵੀਰ ਜੀ। ਹਾਂ ਦੇ ਸਕਦੇ, ਬੋਡੀ ਵੇਟ ਵੀ ਜਿਹੜਾ ਇਹਦਾ ਚੰਗਾ, ਅਤੇ ਮੁੱਲ ਹੋਣ ਇਹਦਾ ਆਪਾਂ ਪੁੱਛਦੇ ਹਾਂ ਕਿੰਨਾ ਕੁ ਕਰਨਾ। ਹਵਾਨਾ ਜਿਹੜਾ ਪਿੱਛੇ ਇਹਦਾ ਇੱਕ ਵਾਰੀ ਦੇਖ ਸਕਦੇ ਜੀ। ਥਣ ਵੀ ਲੱਗ ਰਿਹਾ, ਤੁਹਾਨੂੰ ਦਿਖਾ ਦਈਏ, ਥੋੜ੍ਹੀ ਡਰਦੀ ਆ ਸਾਡੇ ਕੋਲੋਂ। ਹਾਂ ਦੇਖ ਸਕਦੇ, ਬੈਨੀ ਵਾਲੇ ਪਾਸੇ ਦੇ ਥਾਂ ਇੱਕ ਵਾਰੀ ਦੇਖ ਸਕਦੇ, ਸਾਈਜ਼ ਜਿਹੜਾ ਚੰਗਾ। ਤੇ ਮਿਲਦੀ ਵੀਰ ਜੀ ਪਹਾੜੇ ਤੇ ਹੀ ਆ ਫਿਰ? ਹਾਂਜੀ ਵੀਰ ਜੀ, ਪਹਾੜੇ ਤੇ ਹੀ। ਅੱਛਾ, ਕਾਫੀ ਮਾਰ ਕੇ ਬਾਈ ਇਹਦੇ ਵੀਰ ਜੀ। ਠੀਕ ਹੈ। ਹਾਂਜੀ, ਮੁੱਲ ਫਿਰ ਕੀ ਰੱਖਣਾ ਚਾਹੀਦਾ? ਮੁੱਲ ਵੀਰ ਜੀ ਦਾ ਛੋਟਾ ਜਿਹਾ ਜੀ। ਕਿੰਨਾ ਕੁ ਮੁੱਲ ਵੀਰ ਜੀ ਦਾ? 40,000 ਜੀ। ਅੱਛਾ, 40 'ਚ ਮਾਨਤਾਨ ਕਰਦਾ ਜੀ। ਕਿੰਨਾ ਕਰ ਦੋਗੇ? ਇਹ 2 ਛੱਡ ਦਾਂਗੇ, 38 ਦੇ। 38 ਦੀ ਦੇ ਦੋਗੇ? ਹੋ ਜਾਓ ਉੱਚਾ ਮਾਨਤਾਨ। ਉੱਚੋਂ ਜਗ ਵੀਰ ਭਰਾ, ਉੱਚੋਂ ਤੇਰੇ ਤੋਂ ਛੋਟ ਕਰ। ਅੱਛਾ, ਉੱਚੋਂ ਵੀ ਹੋ ਜਾਊਗੀ? ਹਾਂਜੀ, 38,000 'ਚ ਵੀ ਮਾਨਤਾਨ ਵੀਰ ਜੀ ਨਹੀਂ ਕਹਿੰਦੇ ਕਿ ਹੋ ਜਾਊਗਾ। ਆ ਹੁਣ ਗਾਂ ਜਿਹੜੀ ਤੁਹਾਨੂੰ ਇੱਕ ਸੂਈ ਦਿਖਾਉਣੀ, ਨਾ ਗਾਂ ਵੀ ਤੁਹਾਨੂੰ ਦਿਖਾਉਂਦੇ। ਆ ਦੇਖ ਸਕਦੇ ਜੀ। ਹਾਂਜੀ ਵੀਰ ਜੀ, ਫਿਰ ਦੱਸੀਏ ਇਹਦੇ ਬਾਰੇ ਵੀ ਆਪਾਂ। ਹਾਂਜੀ ਵੀਰ ਜੀ, ਨੂਸਾ ਸੂਆ ਸੂਈ ਜੇ ਬੈਠ। ਅੱਛਾ ਜੀ। ਹਾਂਜੀ, ਠੀਕ ਆ। ਤੇ ਕਿੰਨਾ ਚਿਰ ਹੋਇਆ ਸੂਈ ਨੂੰ? ਇਹਨੂੰ ਵੀਰ ਜੀ ਹੋ ਗਿਆ ਜੀ ਕੋਈ 12 ਕੁ ਦਿਨ ਸੂਈ ਨੂੰ। 12 ਕੁ ਦਿਨ ਹੋ ਗਏ। ਦੁੱਧ ਕਿੰਨਾ ਤਿਆਰ ਜੀ? ਦੁੱਧ ਵੀਰ ਜੀ ਇਸ ਟਾਈਮ ਪੱਕਾ ਪੂਰਾ 13-13 ਲੀਟਰ ਦੁੱਧ ਤਿਆਰ ਜੀ। 13 ਲੀਟਰ ਤਿਆਰ ਦੁੱਧ ਪੂਰਾ ਜੀ? ਪੂਰਾ ਵੀ 2 ਟਾਈਮਾਂ ਤਸੱਲੀ ਕਰਕੇ ਲੈ ਜਾਓ। ਤੇ ਕਿੰਨਾ ਕੁ ਦੁੱਧ ਚਵਾ ਸਕਦੀ ਜੀ ਵੀਰ ਜੀ? ਕੋਈ ਚੰਗੀ ਸੇਵਾ ਕਰੂਗਾ ਤੇ 15 ਲੀਟਰ ਆਰਾਮ ਨਾਲ ਚਵਾ ਦੇਗੀ। 15 ਕੁ ਲੀਟਰ ਜਿਹੜਾ ਚਵਾਈ ਜਾਊਗੀ? ਹਾਂਜੀ ਹਾਂਜੀ ਵੀਰ ਜੀ। ਤੇ ਥਣ ਤੁਹਾਨੂੰ ਓਕੇ ਪੂਰੇ ਦੇ? ਵੀਰ ਜੀ ਸਾਰੇ ਆਪਾਂ ਧਾਰਾ ਮਾਰ ਕੇ ਵਿਖਾ ਦੇਣੀ ਹੋਣੀ। ਠੀਕ, ਦਿਖਾ ਦਿਓ ਫਿਰ ਹੈ ਨਾ। ਬੱਚਾ ਕੀ ਆ ਗਿਆ ਵੀਰ ਜੀ ਇਹਦੇ ਮਗਰ? ਮਗਰ ਬੱਚਾ ਆ ਗਿਆ ਜੀ। ਆ ਦੇ ਸਾਰੇ ਥਾਣੇ ਦੇ ਕਰੀ ਤੁਹਾਨੂੰ ਲੱਗ ਗਏ, ਦਿਖਾ ਦਿਓ ਵੀਰ ਜੀ ਧਾਰਾ ਮਾਰ ਕੇ। ਦੇਖੋ ਵੀਰ ਜੀ ਬੜਾ ਦਿਆ ਪੋਲਾ ਚਵਾ ਜੀ। ਆ ਦੇ ਸਾਦੇ ਜੀ, ਆ ਪੋਲੀ ਵੀਰ ਜੀ ਚੋਣ ਦੇ ਵਿੱਚ।
ਹਾਂਜੀ ਹਾਂਜੀ ਠੀਕ ਹੈ ਵੀਰ ਜੀ, ਲਿਆ ਖੋਲੋ ਫਿਰ ਤੋਰੀਏ ਰੱਸੀ ਜਿਹੜੀ ਵੀਰ ਜੀ ਹੁਣੀ ਪਾ ਲੈਂਦੇ ਹਨ ਆਂਡੇ ਸਾਡੇ ਤੋਰ ਕੇ ਕਰੀ ਤੁਹਾਨੂੰ ਦਿਖਾ ਦਈਏ ਸੂਆ ਜਿਹੜਾ ਇਹਦਾ ਦੂਸਰਾ ਵੀਰ ਜੀ ਹੁਣੀ ਦੱਸਦੇ ਠੀਕ ਹੈ ਵੀਰ ਜੀ ਲੈ ਜਿਓ ਜੀ ਥਾਣਾ ਵੀ ਕਾਫੀ ਚੰਗਾ ਇਹਦੇ ਕੋਲ ਹਾਂਜੀ ਵੀਰ ਜੀ ਫਿਰ ਦੱਸੀਏ ਇਹਦਾ ਵੀ ਮੁੱਲ ਆਪਾਂ ਹਾਂਜੀ ਵੀਰ ਜੀ ਮੁੱਲ ਵੀਰ ਜੀ ਇਹਦਾ 37,000 ਦੇ ਅੱਛਾ ਜੀ ਤੇ 35 ਦੇ ਦਾਂਗੇ 35 ਦੇ ਦਿਓ ਹੋ ਜੂ ਮਾਨਤਾ ਨੂੰ ਚੋਂ ਡਰਦੀ ਆ ਬਾਹਰਲੇ ਬੰਦਿਆਂ ਤੋਂ ਸਾਂਭੀ ਵੀਰ ਜੀ ਹੁਣਾਂ ਨੇ ਚੰਗੀ ਆ ਉਂਝ ਜਿਹੜੀ ਠੰਡੀ ਧੀਰੀ ਆ ਦੇਖ ਸਕਦੇ ਆਪਾਂ ਸੋਹਣੀ ਵੈੜ ਆਵਾਨਾ ਵੀ ਤਾਂ ਤੁਹਾਨੂੰ ਲੱਗ ਰਿਹਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਹ ਦੇਖ ਸਕਦੇ ਜੀ ਕਿੰਨੇ ਮਹੀਨਿਆਂ ਦੀ ਗੱਭਣ ਵੀਰ ਜੀ ਸਾਢੇ ਅੱਠ ਮਹੀਨਿਆਂ ਦੀ ਗੱਭਣ ਲੈ ਜਾਓ ਵੀਰ ਜੀ ਤੋਰ ਦਿਓ ਸਾਢੇ ਅੱਠ ਮਹੀਨਿਆਂ ਦੀ ਗੱਭਣ ਜਿਹੜੀ ਹੈ ਭਾਈ ਜੀ ਥੋੜ੍ਹਾ ਜਿਹਾ ਵੱਧ ਹਾਂਜੀ ਵੀਰ ਜੀ ਫਿਰ ਗੱਭਣ ਪੂਰੀ ਕਿੰਨੇ ਕਿੰਨੇ ਚਿਰ ਦੀ ਪੂਰੇ ਸਾਢੇ ਅੱਠ ਮਹੀਨੇ ਦੀ ਗੱਭਣ ਹੈ ਠੀਕ ਹੈ ਤੇ ਇਹਦੀ ਮਾਂ ਦਾ ਰਿਕਾਰਡ ਦਾ ਪਤਾ ਜੀ ਫਿਰ ਹਾਂਜੀ ਵੀਰ ਜੀ ਇਹਦੀ ਮਾਂ ਕੋ ਕੋਈ ਹੈਗਾ ਜੀ 20 ਲੀਟਰ ਲੱਗੇ ਪੈਂਦੇ ਦੁੱਧ ਅੱਛਾ ਹਾਂਜੀ ਇਹ ਕਿੰਨਾ ਪਹਿਲੇ ਸੂਬੇ ਚਵਾ ਜੀ ਇਹ ਵੀਰ ਜੀ ਚਲੋ ਪਹਿਲੇ ਸੂਬੇ ਬਹੁਤਾ ਨਹੀਂ ਹੈ 5-12 ਲੀਟਰ ਆਰਾਮ ਨਾਲ ਚਵਾਈ ਜਾਊਗੀ ਅੱਛਾ ਜੀ ਹਾਂਜੀ ਠੀਕ ਇਹਦਾ ਫਿਰ ਕੀ ਮੁੱਲ ਰੱਖਣਾ ਜੀ ਇਹਦਾ ਮੁੱਲ ਵੀਰ ਜੀ 35,000 ਕਰ ਦਾਂ ਕਰੋ ਮਾਂ ਦਾ ਖੁੱਲਾ ਹੀ ਕਰ ਦਿਆ ਚਲੋ ਹਾਂਜੀ ਚਲੋ ਵੀਰ ਜੀ ਉਹਦਾ ਚੰਗੀ ਆ ਵੈੜ ਮਤਲਬ ਵੀ ਜੇ ਕੋਈ ਸਾਂਭੂ ਸੁਣੂ ਆ ਵੈੜ ਹੁੰਦੀ ਹੈ ਤੇ ਦੰਦੋ ਕਿਸ ਤਰ੍ਹਾਂ ਜੇ ਦੰਦੋ ਦੀ ਚੌਕੀ ਜੇ ਚਾਰ ਦੰਦ ਜੇ ਹਾਂਜੀ ਠੀਕ ਹੈ ਵੀਰ ਜੀ ਹੋਰ ਕੁਛ ਕਹਿਣਾ ਫਿਰ ਹਾਂਜੀ ਵੀਰ ਜੀ ਬਸ ਜਿਹੜਾ ਵੀਰ ਭਰਾ ਆਵੇ ਹਾਂਜੀ ਸੱਦੀ ਕਰਕੇ ਕਰੇ ਇੱਥੋਂ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਚੰਗਾ ਪਸ਼ੂ ਜਿਹੜੇ ਵੀਰ ਜੀ ਹੁਣਾਂ ਨੇ 3 ਮਕਾਊ ਕੀਤੇ ਆ ਤੇ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਪਾਸ ਕਰਕੇ ਤੇ ਫਿਰ ਆਪਣੀ ਸਮੇਂ ਦੇ ਹਿਸਾਬ ਨਾਲ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ